साढ़े परिवार नू बख्शिशी गुरु गोबिंद सिंह जी ने दिती सीगी। एसजीपीसी वालों अपील की गई है कि वीर बाल दिवस जिहड़ा नाम है इसनू चेंज किया जाए, क्योंकि हुण तुसी बीजेपी दे विचों रिप्रेजेंट करते हो, तो की गलबात होगी बीजेपी नाल, एक गलबात विचारी जाऊगी या वीर बाल दिवस तुहानूं ठीक लगता है? जिहड़ा हफ्ता हुंदा है, महीना हुंदा है, ये साढ़े वास्ते, साढ़े परिवार वास्ते बड़ा ही अहम हुंदा है। ਉਹੀ ਧਰਤੀ ਹੈ ਜਿੱਥੇ ਛੋਟੇ ਸਾਹਿਬਜ਼ਾਦੇ ਮਾਤਾ ਗੁਜਰ ਕੌਰ ਜੀ ਉਸ ਠੰਡੇ ਬੁਰਜ ਦੇ ਵਿੱਚ ਬੈਠੇ ਹੋਏ ਸੀ, ਔਰ ਕਿਸ ਤਰੀਕੇ ਦੇ ਨਾਲ ਨੀਹਾਂ ਦੇ ਵਿੱਚ ਨਮਾ ਦਿੱਤਾ ਜਾਂਦਾ ਹੈ, ਜਦੋਂ ਉੱਥੇ ਪਹੁੰਚਦੇ ਹੋ ਤਾਂ ਕੀ ਚੀਜ਼ ਉਹ ਮਹਿਸੂਸ ਹੁੰਦੀ ਹੈ? ਬੜੇ ਖੁਸ਼ਕਿਸਮਤ ਨੇ ਜਿਹੜੇ ਲੋਕ ਇੱਥੇ ਆ ਕੇ ਮੱਥਾ ਟੇਕ ਰਹੇ ਨੇ, ਸਭ ਨੂੰ ਗੁਰੂ ਜੀ ਦੀ ਬਖਸ਼ਿਸ਼ ਹੋਏ। श्री फतेहगढ़ साहिब की पवित्र धरती के उत्ते मौजूद हाँ, और संगतां शहीद जोड़ मेल के उत्ते नतमस्तक होने के लिए पहुँच रही ने। इस वेले साढ़े नाल बीबा जयेंद्र कौर मौजूद ने, कैप्टन अमरिंदर सिंह की बेटी ने, नतमस्तक होने के लिए पहुँचे ने। अज का दिन और पूरा शहीद पंद्रवाड़ा की आप गल कर लीए, पूरा ये पोहदा महीना कर लीए, सिख इतिहास के बहुत महत्ता रखता है, अज जो नतमस्तक हुए हो की कहना चाहूँगी? मैं तो बस इन्ना कहना चाहनी है जी, असं अज मत्था टेकन आए हैं, साढ़े परिवार को बख्शिशी गुरु गोबिंद सिंह जी ने दिती सीगी, और ये जिहड़ा हफ्ता हुंदा है, महीना हुंदा है, ये साढ़े वास्ते, साढ़े परिवार वास्ते बड़ा ही अहम हुंदा है, और अज असी आके मत्था टेकिया हैगा, इस तो वड्डी चीज़ मैं समझदी नहीं कुछ है। ਕਿ ਉਹੀ ਧਰਤੀ ਹੈ ਜਿੱਥੇ ਛੋਟੇ ਸਾਹਿਬਜ਼ਾਦੇ ਮਾਤਾ ਗੁਜਰ ਕੌਰ ਜੀ ਉਸ ਠੰਡੇ ਬੁਰਜ ਦੇ ਵਿੱਚ ਬੈਠੇ ਹੋਏ ਸੀ, ਔਰ ਕਿਸ ਤਰੀਕੇ ਦੇ ਨਾਲ ਨੀਹਾਂ ਦੇ ਵਿੱਚ ਨਮਾ ਦਿੱਤਾ ਜਾਂਦਾ ਹੈ, ਜਦੋਂ ਉੱਥੇ ਪਹੁੰਚਦੇ ਹੋ ਤਾਂ ਕੀ ਚੀਜ਼ ਉਹ ਮਹਿਸੂਸ ਹੁੰਦੀ ਹੈ, ਉਸ ਚੀਜ਼ਾਂ ਜਜ਼ਬਾਤ ਕੀ ਉਹ ਨਿਕਲਦੇ ਨੇ? ਬਿਲਕੁਲ ਜੀ, ਬਿਲਕੁਲ ਨਿਕਲਦੇ ਨੇ। ਦੇਖੋ ਛੋਟੇ ਸਾਹਿਬਜ਼ਾਦੇ ਉਹਨਾਂ ਮਾਤਾ ਜੀ ਨੂੰ ਕਿੰਨੀ ਬੇਰਹਿਮੀ ਨਾਲ ਜੋ ਕੀਤਾ ਉਹ ਤਾਂ ਇਤਿਹਾਸ ਬਣਿਆ ਹੋਇਆ ਹੈਗਾ, ਔਰ ਸਾਨੂੰ ਅਸੀਂ ਨੀਚੇ ਵੀ ਬੈਠੇ ਸੀ ਜਾ ਕੇ, ਅਤੇ ਭਾਵਿਕ ਹੋ ਜਾਂਦੇ ਬੜੇ ਬਸ। ਹਾਂਜੀ, ਕਿਉਂਕਿ ਹਰ ਕੋਈ ਵਿਅਕਤੀ ਜੋ ਵੀ ਇੱਥੇ ਪਹੁੰਚਦਾ ਹੈ ਉਹ ਵਿਰਾਗ ਦੇ ਵਿੱਚ ਹੁੰਦਾ ਹੈ, ਉਸਨੂੰ ਉਹ ਚੀਜ਼ਾਂ ਜ਼ਹਿਨ ਦੇ ਵਿੱਚ ਚੱਲਦੀਆਂ ਨੇ, ਉਹ ਚੀਜ਼ਾਂ ਮਹਿਸੂਸ ਹੁੰਦੀਆਂ ਨੇ, ਤਾਂ ਕੀ ਸੁਨੇਹਾ ਤੁਹਾਡਾ ਸੰਗਤਾਂ ਨੂੰ ਜੋ ਇੱਥੇ ਪਹੁੰਚ ਰਹੇ ਨੇ, ਕੀ ਕਹਿਣਾ ਚਾਹੋਗੇ ਇਸ 'ਤੇ ਪੂਰੇ ਸ਼ਹੀਦੀ ਜੋੜ ਮੇਲ? ਮੇਰੇ ਖਿਆਲ ਬੜੇ ਖੁਸ਼ਕਿਸਮਤ ਨੇ ਜਿਹੜੇ ਲੋਕ ਇੱਥੇ ਆ ਕੇ ਮੱਥਾ ਟੇਕ ਰਹੇ ਨੇ, ਸਭ ਨੂੰ ਗੁਰੂ ਜੀ ਦੀ ਬਖਸ਼ਿਸ਼ ਹੋਏ। ਆਖਿਰ ਦੇ ਵਿੱਚ, ਕਿਉਂਕਿ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਵਸ ਹੈ, ਔਰ ਦੂਸਰੇ ਪਾਸੇ SGPC ਵੱਲੋਂ ਅਪੀਲ ਕੀਤੀ ਗਈ ਹੈ ਕਿ ਵੀਰ ਬਾਲ ਦਿਵਸ ਜਿਹੜਾ ਨਾਮ ਹੈ ਇਸਨੂੰ ਚੇਂਜ ਕੀਤਾ ਜਾਵੇ, ਕਿਉਂਕਿ ਹੁਣ ਤੁਸੀਂ BJP ਦੇ ਵਿੱਚੋਂ ਰਿਪ੍ਰਜੈਂਟ ਕਰਦੇ ਹੋ, ਤਾਂ ਕੀ ਗੱਲਬਾਤ ਹੋਊਗੀ BJP ਨਾਲ, ਇਹ ਗੱਲਬਾਤ ਵਿਚਾਰੀ ਜਾਊਗੀ ਜਾਂ ਵੀਰ ਬਾਲ ਦਿਵਸ ਤੁਹਾਨੂੰ ਠੀਕ ਲੱਗਦਾ ਹੈ? ਦੇਖੋ ਅੱਜ ਮੈਂ ਮੱਥਾ ਟੇਕਣ ਆਈ ਹੈ, ਮੈਂ ਪੋਲੀਟਿਕਸ ਨਹੀਂ ਕੋਈ ਗੱਲ ਕਰਨੀ। ਥੈਂਕ ਯੂ। ਤਾਂ ਬੀਬਾ ਜੈਂਦਰ ਕੌਰ ਖਾਸ ਤੌਰ ਦੇ ਉੱਤੇ ਪਹੁੰਚੇ ਹੈ, ਕਹਿ ਰਹੇ ਨਤਮਸਤਕ ਹੋਏ ਨੇ, ਔਰ ਉਹ ਜਜ਼ਬਾਤ ਇੱਥੇ ਨਿਕਲਦੇ ਨੇ ਜਦੋਂ ਕੋਈ ਵੀ ਵਿਅਕਤੀ ਪਹੁੰਚਦਾ, ਔਰ ਕਹਿੰਦੇ ਸਾਡੇ ਤਾਂ ਪਰਿਵਾਰ ਦੇ ਉੱਤੇ ਹੀ ਗੁਰੂ ਗੋਬਿੰਦ ਸਿੰਘ ਜੀ ਦੀ ਮਿਹਰ ਹੈ, ਤਾਂ ਅਸੀਂ ਆਪਣੇ ਆਪ ਨੂੰ ਸੁਭਾਗਾਂ ਵਾਲੇ ਸਮਝਦੇ ਹਾਂ ਕਿ ਅਸੀਂ ਅੱਜ ਇਸ ਥਾਂ ਦੇ ਉੱਤੇ ਪਹੁੰਚੇ ਹਾਂ। ਤਾਂ ਸ਼੍ਰੀ ਫਤਿਹਗੜ੍ਹ ਸਾਹਿਬ ਦੀ ਧਰਤੀ ਦੇ ਉੱਤੇ ਇਸੇ ਤਰੀਕੇ ਨਾਲ ਸੰਗਤਾਂ ਜੋ ਨੇ ਉਹ ਨਤਮਸਤਕ ਹੋਣ ਦੇ ਲਈ ਪਹੁੰਚ ਰਹੀਆਂ ਨੇ। ਕੈਮਰਾ ਪਰਸਨ ਕ੍ਰਿਸ਼ਨਾ ਦੇ ਨਾਲ ਗਗਨਦੀਪ ਸਿੰਘ, ਪ੍ਰੋ ਪੰਜਾਬ TV। ਪੰਜਾਬ ਦੀ ਹਰ ਵੱਡੀ ਖਬਰ ਤੇ ਵੱਡਾ ਇੰਟਰਵਿਊ ਸਭ ਤੋਂ ਪਹਿਲਾਂ ਦੇਖਣ ਲਈ ਡਾਊਨਲੋਡ ਕਰੋ ਪ੍ਰੋ ਪੰਜਾਬ TV ਦਾ ਮੋਬਾਈਲ ਐਪ।